ये टिकट काउंटर इन्होंने बनाए, टिकट तो लाएगी पर टिकट नहीं लगनी चाहिए थी। संगतां नूं ऐदां फिर 50 रुपए अगला कोई अगले को ना आवे अगले नूं वेखण नूं कर। क्योंकि मोदी हर एक चीज़ा बेची जाता कि पता नहीं वेच दे। कोरोना करके नहीं किसाना करके नहीं आते है, क्योंकि जो इतने आ गए तो फस जाऊगा किसान। टिकट जी जायज बिल्कुल घट तो घट ना, मिनीम जी घट तो घट लगाई जाए, मतलब समर्थन करते हैं जो टिकट लगे। हाँ जी लोड़ हैगी तो जरूर, जो सेवा के तौर पर भी ठीक है। ਕੱਲ ਦੋਸਤੋ ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ YouTube ਚੈਨਲ ਅਨਲਿਮਿਟਡ ਗਿਆਨ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਜਲਿਆਂਵਾਲਾ ਬਾਗ, ਜਿੱਥੇ ਕਿ ਅੱਜ ਤੁਹਾਨੂੰ ਵੱਖਰਾ ਕੁਝ ਦਿਖਾਈ ਦੇ ਰਿਹਾ ਹੈ। ਸਜਾਵਟ ਹੋਈ ਹੋਈ ਹੈ, ਫੁੱਲ ਲੱਗੇ ਹੋਏ ਨੇ। ਇਹ ਫੁੱਲ ਕਿਉਂ ਲੱਗੇ ਹੋਏ ਨੇ, ਪਿੱਛੇ ਦਾ ਕੀ ਕਾਰਨ ਹੈ, ਅੱਜ ਦੀ ਵੀਡੀਓ ਬਣਾਉਣ ਦਾ ਕੀ ਮਕਸਦ ਹੈ, ਉਹ ਤੁਹਾਡੇ ਨਾਲ ਸਾਰੀ ਖਬਰ ਸਾਂਝੀ ਕਰਾਂਗੇ। ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਨਾਲ ਹੀ ਹਰ ਇੱਕ ਤਾਜ਼ਾ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਵੀਡੀਓ ਦੇ ਥੱਲੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ ਆਲ ਤੇ ਸਿਲੈਕਟ ਕਰਨਾ ਨਾ ਭੁੱਲਣਾ, ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਬਿਨਾਂ ਤੁਹਾਡਾ ਹੋਰ ਜ਼ਿਆਦਾ ਸਮਾਂ ਲਏ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟ ਨੂੰ। ਦੋਸਤੋ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਕਿ ਪਿੱਛੇ ਜਲਿਆਂਵਾਲਾ ਬਾਗ ਹੈ, ਜੋ ਕਿ ਤਕਰੀਬਨ 2-3 ਸਾਲ ਤੋਂ ਬੰਦ ਪਿਆ ਸੀ, ਜਿੱਥੇ ਕਿ ਕੰਮ ਚੱਲ ਰਿਹਾ ਸੀ, ਤੇ ਅੱਜ ਫੁੱਲ ਲੱਗੇ ਹੋਏ ਨੇ। ਫੁੱਲ ਲੱਗਣ ਦਾ ਕਾਰਨ ਤੁਹਾਨੂੰ ਦੱਸਦੇ ਹਾਂ, ਅੱਜ ਜਲਿਆਂਵਾਲੇ ਬਾਗ ਦਾ ਉਦਘਾਟਨ ਹੋਣਾ ਹੈ, ਜੋ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ PM ਮੋਦੀ ਵੱਲੋਂ ਆਨਲਾਈਨ ਕੀਤਾ ਜਾਣਾ ਹੈ। ਤੇ ਦੋਸਤੋ ਇੱਥੇ ਨਾਲ ਹੀ ਕੁਝ ਹੋਰ ਵੱਡੇ ਅਧਿਕਾਰੀਆਂ, ਕੁਝ ਲੀਡਰਾਂ, ਕੁਝ ਮੰਤਰੀਆਂ ਦੇ ਪਹੁੰਚਣ ਦੀ ਵੀ ਪੂਰੀ ਸੰਭਾਵਨਾ ਹੈ। ਤੇ ਅੱਜ ਇਹ ਜਲਿਆਂਵਾਲਾ ਬਾਗ ਲੋਕਾਂ ਦੇ ਸਮਰਪਿਤ ਕੀਤਾ ਜਾਣਾ ਹੈ, ਅੱਜ ਤੋਂ ਐਂਟਰੀ ਸ਼ੁਰੂ ਹੋ ਜਾਵੇਗੀ। ਤੇ ਜਿਵੇਂ ਕਿ ਸਾਨੂੰ ਪਤਾ ਲੱਗਿਆ, ਜਾਣਕਾਰੀ ਮਿਲੀ ਹੈ ਕਿ ਅੰਦਰ ਕਾਫੀ ਕੁਝ ਨਵਾਂ ਬਣਾਇਆ ਗਿਆ, ਕਾਫੀ ਕੁਝ ਵੱਖਰਾ ਬਣਾਇਆ ਗਿਆ, ਜਿਸ ਦੀ ਕਿ ਹੁਣ ਸ਼ਾਇਦ ਕੁਝ ਰੁਪਏ ਟਿਕਟ ਵੀ ਹੋਵੇਗੀ। ਤੇ ਦੋਸਤੋ ਇੱਥੇ ਹੁਣ ਅਸੀਂ ਖੜੇ ਹਾਂ ਇਸ ਵੇਲੇ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਤੇ, ਤੇ ਕੁਝ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ। ਮਨ ਚ ਆਪਣਾ ਹੀ ਪਾਪ ਹੁੰਦਾ। ਸਸੀ ਗੱਲ ਜੀ, ਕਿਹੜੀ ਜਗ੍ਹਾ ਤੋਂ ਹੈ ਜੀ? ਰਾਮਤੀਰਥ ਕਲੇਰ ਤੋਂ ਹੈ ਜੀ। ਹਾਂਜੀ, ਰਾਮਤੀਰਥ ਕਲੇਰ ਪਿੰਡ। ਰਾਮਤੀਰਥ ਕਲੇਰ ਨੇੜੇ ਹੀ ਹੈ ਇੱਥੇ? ਹਾਂਜੀ ਨੇੜੇ ਹੀ ਹੈ, 10 ਕਿਲੋਮੀਟਰ ਇਥੋਂ। ਜਲਿਆਂਵਾਲੇ ਬਾਗ ਲਾਸਟ ਟਾਈਮ ਕਦੋਂ ਗਏ ਸੀਗੇ ਜੀ? ਜਲਿਆਂ ਵਾਲੇ ਬਾਗ ਲਾਸਟ ਗਏ ਨੂੰ ਸਾਨੂੰ ਹੋ ਗਏ ਨੇ ਕੋਈ ਸਾਲ ਡੇਢ ਦਾ, 1.5 ਸਾਲ। ਅੱਜ ਉਦਘਾਟਨ ਹੋ ਰਿਹਾ, ਕਿਵੇਂ ਲੱਗ ਰਿਹਾ ਜੀ? ਕੌਣ ਕਰ ਰਿਹਾ ਜੀ, ਸਾਨੂੰ ਇਹ ਗੱਲ ਦਾ ਨਹੀਂ ਪਤਾ। ਅੱਜ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਆਨਲਾਈਨ ਕੀਤਾ ਜਾ ਰਿਹਾ ਉਦਘਾਟਨ, ਤੁਹਾਡੇ ਸਾਹਮਣੇ ਸਜਾਵਟ ਤੁਹਾਨੂੰ ਦਿਖ ਹੀ ਰਹੀ ਹੋਣੀ ਹੈ। ਨਹੀਂ ਜੀ, ਸਾਨੂੰ ਅਜੇ ਇਹ ਗੱਲ ਦਾ ਨਹੀਂ ਪਤਾ ਜੀ। ਕੀ ਜਾਣਾ ਚਾਹੋਗੇ, ਕਿਉਂਕਿ ਕਾਫੀ ਸਮੇਂ ਤੋਂ ਬੰਦ ਪਿਆ ਗਿਆ। ਨਹੀਂ ਜੀ, ਇਸ ਤਰ੍ਹਾਂ ਨਹੀਂ ਜਾਵਾਂਗੇ, ਮੋਦੀ ਦੇ ਨਾਲ ਨਹੀਂ ਜਾਵਾਂਗੇ। ਨਹੀਂ ਨਹੀਂ, ਜਲਿਆਂਵਾਲੇ ਬਾਗ ਦੇ ਵਿੱਚ ਜਾਣ ਦੀ ਇੱਛਾ ਹੈਗੀ? ਹੈਗੀ ਹੈ ਜੀ, ਹੈਗੀ, ਬਿਲਕੁਲ ਹੈਗੀ ਹੈ। ਸਾਡੇ ਕਹਿਣ ਦਾ ਮਕਸਦ ਇਹ ਆ ਵੀ ਜਲਿਆਂਵਾਲਾ ਬਾਗ ਲੋਕਾਂ ਦੇ ਸਮਰਪਿਤ ਕੀਤਾ ਜਾਂਦਾ ਹੈ, ਐਂਟਰੀ ਖੁੱਲਦੀ ਆ, ਤਾਂ ਜਾਣਾ ਪਸੰਦ ਕਰੋਗੇ? ਕਿਉਂਕਿ ਕਾਫੀ ਲੰਮੇ ਸਮੇਂ ਤੋਂ। ਬਿਲਕੁਲ ਪਸੰਦ ਕਰਾਂਗੇ ਜਾਣਾ, ਬਿਲਕੁਲ ਪਸੰਦ ਕਰਾਂਗੇ। ਤੇ ਹੋਰ ਦਰਸ਼ਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਜਲਿਆਂਵਾਲੇ ਬਾਗ ਆਉਂਦੇ ਹੋ, ਪਹਿਲਾਂ ਵੀ ਆਏ ਹੋ? ਹਾਂਜੀ। ਕਿੰਨਾ ਸਮਾਂ ਪਹਿਲਾਂ ਆਏ ਸੀ? ਪਹਿਲਾਂ 4-5 ਸਾਲ ਪਹਿਲਾਂ ਆਏ ਸੀ। ਜਲਿਆਂਵਾਲਾ ਬਾਗ ਤੁਹਾਨੂੰ ਸ਼ਾਇਦ ਪਤਾ ਹੋਣਾ, ਪਿਛਲੇ 2-2.5 ਸਾਲ ਤੋਂ, ਤਕਰੀਬਨ 1.5-2 ਸਾਲ ਤੋਂ ਕੰਮ ਚੱਲ ਰਿਹਾ ਕੁਝ ਕੰਸਟਰਕਸ਼ਨ ਦਾ। ਅੱਛਾ। ਤੇ ਬੰਦ ਪਿਆ ਸੀਗਾ, ਹੁਣ ਅੱਜ ਜੋ ਖਬਰ ਸਾਹਮਣੇ ਆਈ ਹੈ ਉਹਦਾ ਉਦਘਾਟਨ ਕੀਤਾ ਜਾਣਾ, ਸਾਹਮਣੇ ਦਿਖ ਵੀ ਰਿਹਾ ਤੁਹਾਨੂੰ, ਸਜਾਵਟ ਦਿਖ ਰਹੀ ਹੋਣੀ ਹੈ, ਆਨਲਾਈਨ ਉਦਘਾਟਨ ਹੋਣਾ, ਕਿਵੇਂ ਦਾ ਲੱਗ ਰਿਹਾ ਕਿ ਕਾਫੀ ਲੰਮੇ ਸਮੇਂ ਤੋਂ ਬਾਅਦ ਦੁਬਾਰੇ ਖੁੱਲ੍ਹ ਰਿਹਾ ਲੋਕਾਂ ਲਈ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ ਵੀ ਵਧੀਆ ਚੀਜ਼ ਦੁਬਾਰਾ ਤਿਆਰ ਕੀਤੀ ਹੈ ਗੌਰਮੈਂਟ ਨੇ, ਕਾਫੀ ਕੁਝ ਨਵਾਂ ਬਣਾਇਆ ਗਿਆ ਇਹਦੇ ਵਿੱਚ। ਹਾਂਜੀ ਹਾਂਜੀ, ਨਵਾਂ ਉਹੀ ਗੌਰਮੈਂਟ ਨੇ ਸਹੂਲਤਾਂ ਦਿੱਤੀਆਂ ਨੇ। ਇੱਕ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਵੇਂ ਪਹਿਲਾਂ ਤੁਸੀਂ ਜਾਣਦੇ ਹੋ ਵੀ ਜਾਣਾ ਬਿਲਕੁਲ ਫ੍ਰੀ ਸੀਗਾ, ਇਹ ਵੀ ਪਤਾ ਲੱਗਿਆ ਕਿ ਸ਼ਾਇਦ ਹੁਣ ਕੁਛ ਟਿਕਟ ਰੱਖੀ ਜਾਊਗੀ ਅੰਦਰ ਐਂਟਰੀ ਦੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਗਲਤ ਆ ਜੀ, ਫਿਰ ਟਿਕਟ ਨਹੀਂ ਲੈਣੀ ਚਾਹੀਦੀ, ਟਿਕਟ ਗਲਤ ਆ, ਜਿਵੇਂ ਪਹਿਲਾਂ ਫ੍ਰੀ ਸੀ ਉਵੇਂ ਫ੍ਰੀ ਹੋਣਾ ਚਾਹੀਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਲਖਵਿੰਦਰ ਸਿੰਘ ਜੀ। ਕਿਹੜੀ ਜਗ੍ਹਾ ਤੋਂ? ਇੱਥੋਂ ਜੀ, ਲੋਕਲ ਹੀ ਆ।
मतलब डेढ़ साल तो हो गया कोरोना का करके बंद सी ते डेढ़ साल का पहले चल रहा तीन साल हो चले हाँ जी हाँ जी अज जिवें खबर सामने आई ने दिख भी रहा सजावट देख के पता भी लग रहा अपने मुँहों तस्वीर बोल दया ने कि अज उद्घाटन हो रहा है दसया जा रहा है कि ऑनलाइन पीएम मोदी वालों उद्घाटन किया जाऊगा लोगों के समर्पित एक बार फिर तो एंट्री लोगों की शुरू हो गई किमें लग रहा है जी। ठीक है जी गल तो ठीक है टिकट वाला पंगा वा माड़े बंदे वास्ते औखा वा टिकट का पहला फ्री सी हाँ जी फ्री सी हाँ जी हाँ जी बिल्कुल गलत है जी की कहना चाहूँगा टिकट नहीं होनी चाहिए नहीं होनी चाहिए माड़े बंदे वास्ते औखा वा हाँ जी सत श्रीकाल की नाम है जी हरजाप सिंह है जी हरजाप सिंह केड़ी जगह तो है रामवीर तो है अच्छा लोकल है हाँ जी लोकल है जलियांवाला बाग तो इतना आते जाते रहोगे कितने समय तो काम चल रहा है तकरीबन तीन एक साल तो चल रहा है कोई अंदर का पता लग गया की बन रहा है कोई जानकारी मिली है कदे क्योंकि लोकल बंदे नु ज्यादा पता होंगे हाँ जी नहीं जी नहीं अज जिवें खुल रहा लोगों लिए समर्पित किया जा रहा लोगों की एंट्री खुल रही है अज तो किवें लग रहा है बहुत वधिया जी तो एक भी खबर सामने आई है भी शायद कोई टिकट होगी हालांकि यदि पुष्टि नहीं करते हजे भी वो बारे की कहना चाहिए नहीं टिकट बहुत गलत है जी उदा चाहिए नहीं होनी चाहिए नहीं टिकट नहीं होनी चाहिए सो दोस्तों तुम देख रहे हो लोग मतलब खुश ने इस गल की खुशी है कि अज जलियांवाला बाग पिछले लंबे समय तो बाद खुल रहे पर उत्थे जिहड़ी टिकट लगन दी खबर आ रही ने उस तो कितने ना कितने निराशा भी है कुछ होर दोस्त भी ने उन्हां नाल गलबात करते हैं की नाम है जी गुरपाल सिंह केड़ी जगह तो अमृतसर इत्थे लोकल आने रहने इधर हेरिटेज हाँ जी हाँ जी आते रहने तो जलियांवाला बाग का किवें जलियांवाला बाग भाजी दो साल तो बंद है दो साल तो बंद जो टिकट का ला रहे टिकट का तो शहीदों का यह स्थान है इतने टिकट तो वैसे अलाउड ही नहीं होनी चाहिए क्योंकि टिकट आप जिम्मे मान लीए कि जो कोई दो चार परसन आते वो तो टिकट अफोर्ड कर पाएंगे जेडे कोई घरों आते 30-35-40 जने कई ग्रुप आते बहरों इधर ग्रुप आते अपना काम टूरिस्ट का भी है नाल तो ग्रुप आते ग्रुप जो 30-35-40 जने जो महात्र साथी आते बेचारे वो टिकट नहीं अफोर्ड कर पाएंगे तो शहीदों को प्रणाम ही नहीं कर पाएंगे वो ठीक है जी इस तो साड़ी अपील है कि टिकट नहीं लगनी चाहिए जी जिवें सानू मीडिया च भी खबर आईया ने वैसे तस्वीर भी मूँह बोल रही ने तुसी देख सकते हो सजावट हुई हुई है अज है ना जी सजावट हो रही है भी उद्घाटन की यह भी खबर सामने आई है पीएम मोदी वालों उद्घाटन किया जाना शायद ऑनलाइन किया जाए यह चीज़ में इन्ना गुप्त क्यों रखा जा रहा वो पिछले की कारण लगता है भाजी ये गुप्त इन्हों भी सारियां इन्नी गल का पता कि किसानी अंदोलन चलन दिया वा ठीक है जी इस करके गुप्त रखन दिया कि मोदी ने आना मोदी ने मोदी इतने आ जाएगा नहीं एक करेंगे ऑनलाइन उद्घाटन करेंगे कोई बीजेपी के होर कार्यकर्ता आ जाएंगे लेकिन पर ये उद्घाटन करना इन खोल के दे एक कल का की जान दिया कि नहीं उद्घाटन होगा कल पहले सवेरे 6 बजे का ही हूँ शामी 6 बजे का कहता वा ये सारा ही गुप्त इन्हों की राजनीति चलन दी है वेखो की करते हैं कि नहीं करते जिम्मे सिक्योरिटी काफ़ी ज़्यादा शामी भी कल असी देखे इतने काफ़ी फ्लैंग मार्च भी हो रहा है भी वो तो कितने ना कितने लगता कुछ होर लीडर आ भी सकते हैं आस जेडे हिसाब के नाल भाजी कल फोर्सिस वेखी गई ही उस हिसाब के नाल आ भी सकते हैं क्योंकि इन्नी फोर्सिस लोकल की तो लग नहीं सकती इन्नी पंजाब पुलिस लगी ही कल आर्मी भी लगी ही BSF भी लगी ही ये लोकल वास्ते तो इन्नी लग नहीं सकती ਤੁਸੀਂ ਆਉਂਦੇ ਰਹਿੰਦੇ ਹੋ ਇੱਥੇ ਕੁਝ ਪਤਾ ਲੱਗਿਆ ਅੰਦਰ ਕੀ ਕੁਝ ਨਵਾਂ ਬਣਿਆ ਨਹੀਂ ਭਾਜੀ ਇਹਦੇ ਬਾਰੇ ਨਹੀਂ ਪਤਾ ਆਪਾਂ ਨੂੰ ਕੁਛ ਕਿਉਂਕਿ ਜਿੱਥੇ ਤੱਕ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਕੁਝ ਕਾਫੀ ਆਕਰਸ਼ਿਤ ਬਣਾਇਆ ਗਿਆ ਜਿਹਦੇ ਕਰਕੇ ਇੱਕ ਇੱਕ ਟਿਕਟ ਵੀ ਰੱਖੀ ਜਾ ਰਹੀ ਹੈ ਜਿਹਦੇ ਬਾਰੇ ਆਪਾਂ ਹੁਣੇ ਗੱਲ ਕਰਕੇ ਹਾਂ ਜੀ ਟਿਕਟ ਕਾਊਂਟਰ ਸਾਹਮਣੇ ਆਪਾਂ ਨੂੰ ਸਾਰਿਆਂ ਨੂੰ ਦਿਖਦੇ ਪਏ ਟਿਕਟ ਕਾਊਂਟਰ ਅਗਰ ਲਾਏ ਆ ਤਾਂ ਟਿਕਟ ਤਾਂ ਲੱਗੇਗੀ ਲੱਗੇਗੀ ਲਾਜ਼ਮੀ ਜਾ ਲਿਆ ਜੇ ਟਿਕਟ ਕਾਊਂਟਰ ਇਹਨਾਂ ਨੇ ਬਣਾਏ ਟਿਕਟ ਤਾਂ ਲਾਣਗੇ ਪਰ ਟਿਕਟ ਨਹੀਂ ਲੱਗਣੀ ਚਾਹੀਦੀ ਇਹਦੀ ਇਹ ਸਾਰੀ ਇੱਕ ਵਾਲੀ ਹੀ ਕਹਿੰਦੇ ਵੀ ਟਿਕਟ ਨਹੀਂ ਲੱਗਣੀ ਚਾਹੀਦੀ ਇੰਨੇ ਸਾਲ ਹੋ ਗਏ ਟਿਕਟ ਨੇ ਹੁਣ ਟਿਕਟ ਲੈਣਾ ਚਾਹੀਦਾ ਪੰਜਾਬ ਸਰਕਾਰ ਬੜੀ ਗਰੀਬ ਹੋ ਗਈ ਹੈ ਜੀ ਉਹਨੂੰ ਪੈਸੇ ਕਮਾਉਣ ਦਾ ਕੋਈ ਜਰੀਆ ਨਹੀਂ ਪਾਸ ਕਰਕੇ ਟਿਕਟ ਇਹ ਗੱਲ ਹੈਗੀ ਹੈ ਇੱਥੇ ਮਾਰੇ ਇਹ ਧਾਰਮਿਕ ਚੀਜ਼ ਹੈਗੀ ਹੈ ਠੀਕ ਹੈ ਜੀ ਇਹਦੇ ਬਾਰੇ ਜੇ ਆਪਾਂ ਬੰਦੇ ਜੇ ਪੈਸੇ ਲਾ ਗਿਆ ਤੇ ਜਾਵਾਂਗੇ ਟਿਕਟ ਦਾ ਤੇ ਨਵਾਂ ਹੀ ਕੰਮ ਕਰਤਾ ਹੈ ਜੀ ਇਹਨਾਂ ਨੇ ਭਾਵੇਂ ਜੋ ਮਰਜ਼ੀ ਹੈ ਪੰਜਾਬ ਜਿੰਨਾ ਮਰਜ਼ੀ ਹੈ ਵੀ ਜੀ ਇਹ ਟਿਕਟ ਲਾ ਹੁਣ ਨਵਾਂ ਹੀ ਸਿਸਟਮ ਇਹਨਾਂ ਨੇ ਕਰਤਾ ਹੈ ਕਿਉਂਕਿ ਧਾਰਮਿਕ ਚੀਜ਼ ਹੈਗੀ ਵੀ ਜੀ ਬੰਦਾ ਹੁਣ ਇੱਥੇ ਪੈਸੇ ਲਾ ਕੇ ਥੋੜੀ ਨਾ ਕੋਈ ਵੇਖੇਗਾ ये चलो जिस तरह मर्जी जिस तरह पहले खुलिया ही लोग आते ही टूरिस्ट आते ही गए पहले ये नवा ही टिकट वाला इन्होंने हुण करता है अपना जिवें हुण देखिया गया पिछले काफ़ी लंबे समय तो बंद पिया सी पहले करोना करके बंद रहा फिर अंदर कंस्ट्रक्शन का कुछ नवा बन रहा सीगा कितने ना कितने यात्री जिहड़े दूरों आते एक निराशा जांदी सी जदों अंदर नहीं जा पाते हुण एक बार फिर तो खुल रहा है वो बारे किवें लग रहा है जी हुण भी जी हुण की पता हुण वेखो अज दी इन्हां दी ओपनिंग हैगी है अज इन्हां ने खुलना है आपां ते अंदर जाके देखिया नहीं हूँ जो शामी खुलेगा कहते कैप्टन साहब ने आना उन्होंने मुड़त करना उन्होंने वे हूँ वेखा की अंदर किया जी इन्होंने की लाया जी इन्होंने वो बारे फिर भी जी
जिन्ना चिकर ओपनिंग नहीं हुई उन्ना चिकर सानू पता ही नहीं अंदर की चीज़ लाई इन्होंने की नहीं गी भी जी। हाँ जी सो दोस्तों तुसीं देखिया किते ना किते जो श्रद्धालु आउंदे ने जो यात्रू आउंदे ने उन्हां दे विच एक खुशी भी देखी जा रही है कि इत्थे जो ओपनिंग हो रही है उत्थे किते ना किते जो टिकट नूं लै के एक निराशा भी देखी जा रही है कि इस तरह जो टिकट है वह नहीं लगनी चाहिए। कुछ साडे नाल मातावां भैणां भी ने उन्हां नाल भी गल करदे आ। सत श्री अकाल जी। सत श्री अकाल भाजी। कीड़ी जगह तों जी? असीं बेगोवाल तों जी, कपूरथले जिले तों। ਕਰੋਨਾ ਕਰਕੇ ਬੰਦ ਰਿਹਾ ਪਹਿਲਾਂ, ਫਿਰ ਅੰਦਰ ਕੰਮ ਵੀ ਚੱਲ ਰਿਹਾ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਉਦਘਾਟਨ ਕੀਤਾ ਜਾ ਰਿਹਾ, ਕਿਵੇਂ ਲੱਗ ਰਿਹਾ ਜੀ? ਭਾਜੀ ਅਸੀਂ ਵੀ ਇਹੀ ਗੱਲ ਕਵਾਂਗੇ ਕਿ ਸਾਡੀਆਂ ਸਰਕਾਰਾਂ ਹੀ ਨਹੀਂ ਸਹੀ ਤੇ ਫਿਰ ਬਾਕੀ ਕੰਮ ਕਿੱਦਾਂ ਸਹੀ ਹੋਣਗੇ। ਹੁਣ ਤੁਸੀਂ ਵੇਖ ਹੀ ਰਹੇ ਸਾਡੇ ਕਿਸਾਨ ਭਰਾ ਕਿੱਦਾਂ ਬਾਹਰ ਬੈਠੇ ਨੇ ਤੇ ਕੋਈ ਸੁਣਵਾਈ ਨਹੀਂ ਅਜੇ ਹੋਈ ਉਹਨਾਂ ਦੀ ਤੇ ਪਿੱਛੇ ਕੰਮ ਫਿਰ ਉਦਾਂ ਦੇ ਚੱਲਣੇ, ਤੁਹਾਨੂੰ ਪਤਾ ਹੀ। ਫਿਰ ਇੱਕ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਕੀਤਾ ਜਾ ਰਿਹਾ, ਪਰ ਉੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜੋ ਸੁਰੱਖਿਆ ਕਰਮਚਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ, ਉੱਥੋਂ ਪਤਾ ਲੱਗਿਆ ਕਿ ਉਦਘਾਟਨ ਔਨਲਾਈਨ ਕਰਨਗੇ। ਕਿਤੇ ਨਾ ਕਿਤੇ ਉਦਘਾਟਨ ਦੀ ਗੱਲ ਵੀ ਗੁਪਤ ਰੱਖੀ ਜਾ ਰਹੀ ਹੈ, ਕਿਤੇ ਕਹਿ ਰਹੇ ਨੇ ਅੱਜ ਹੋ ਰਿਹਾ। ਵੈਸੇ ਤਾਂ ਲੱਗ ਰਿਹਾ ਤਸਵੀਰਾਂ ਬੋਲ ਰਹੀਆਂ ਨੇ, ਫੁੱਲ ਵਗੈਰਾ ਲੱਗੇ ਹੋਏ ਨੇ ਕਿ ਅੱਜ ਹੀ ਪੂਰੀ ਆਸ਼ਾ ਹੋਣ ਦੀ। ਕੀ ਕਾਰਨ ਲੱਗਦਾ ਕਿ ਜੋ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਦੀਆਂ ਖਬਰਾਂ ਨੂੰ ਗੁਪਤ ਕਿਉਂ ਰੱਖਿਆ ਜਾ ਰਿਹਾ? ਗੁਪਤ ਇਸੇ ਕਰਕੇ ਕਿ ਜੇ ਉਹ ਗੁਪਤ ਰੱਖਣਗੇ ਤਾਂ ਸਹੀ ਰਹਿਣਗੇ, ਜੇ ਦੁਨੀਆਂ ਨੂੰ ਪਤਾ ਲੱਗੇਗਾ, ਦੁਨੀਆਂ ਇੱਥੇ ਜ਼ਿਆਦਾ ਆਏਗੀ ਤਾਂ ਉਹਨਾਂ ਨੂੰ ਪਤਾ ਕਿ ਸਾਨੂੰ ਮਾੜਾ ਹੀ ਕਹਿਣਾ ਉਹਨਾਂ ਨੇ। ਹਾਂਜੀ, ਵਿਰੋਧੀ ਹੋਣਾ ਮਾੜਾ ਹੀ ਕਹਿਣਾ। ਅਤੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਜੀ ਕਿ ਇੱਥੇ ਟਿਕਟ ਵੀ ਲੱਗ ਸਕਦੀ ਹੈ, ਦਰਅਸਲ ਟਿਕਟ ਕਾਊਂਟਰ ਵੀ ਦਿਖ ਰਹੇ ਨੇ ਸਾਹਮਣੇ, ਉਹਦੇ ਬਾਰੇ ਕੀ ਕਹੋਗੇ? ਕਿਉਂਕਿ ਪਹਿਲਾਂ ਬਿਲਕੁਲ ਫ੍ਰੀ ਹੁੰਦਾ ਸੀ ਅੰਦਰ ਜਾਣਾ। ਵੀ ਦੁਨੀਆਂ ਇੱਕ ਜਿੰਨੀ ਘੱਟ ਜਾਏਗੀ ਤਾਂ ਉਹਨਾਂ ਨੂੰ ਫਾਇਦਾ ਇਹਦੇ ਵਿੱਚ ਉਹਨਾਂ ਨੂੰ। ਤੁਸੀਂ ਟਿਕਟ ਲਗਾਈ ਉਹਦਾ ਸਮਰਥਨ ਕਰਦੇ ਹੋ, ਵਿਰੋਧ ਕਰਦੇ ਹੋ? ਹਾਂਜੀ, ਵਿਰੋਧ ਕਰਦੇ ਸੀ ਉਹਦਾ। ਇਹ ਤਾਂ ਧਾਰਮਿਕ ਜਗ੍ਹਾ ਹੈ ਸਾਡੀ, ਇੱਥੇ ਤਾਂ ਅਸੀਂ ਦਿਨ ਰਾਤ ਜਦੋਂ ਮਰਜ਼ੀ 24 ਘੰਟੇ ਆ ਸਕਦੇ। ਸ਼ੁਕਰੀਆ ਜੀ। ਇੱਕ ਹੋਰ ਭੈਣ ਆ ਸਾਡੇ ਨਾਲ, ਦੱਸੇ ਕੀ ਨਾਮ ਕੀ ਹੈ? ਰਵਜੋਤ ਕੌਰ। ਕਿਹੜੀ ਜਗ੍ਹਾ ਤੋਂ ਜੀ? ਅੰਮ੍ਰਿਤਸਰ ਤੋਂ ਹੀ ਹੈ। ਦਰਬਾਰ ਸਾਹਿਬ ਆਉਂਦੇ ਰਹਿੰਦੇ ਹੋ? ਹਾਂਜੀ, ਫੋਟੋਆਂ ਵੇਚਣ ਆਉਂਦੇ ਆ। ਹਾਂਜੀ, ਫੋਟੋਆਂ ਵੇਚਦੇ? ਅੱਛਾ ਅੱਛਾ, ਇੱਥੇ ਮਤਲਬ ਕੰਮ ਕਰਦੇ? ਹਾਂਜੀ। ਤੇ ਜਲਿਆਂਵਾਲੇ ਬਾਗ ਕਦੋਂ ਗਏ ਸੀ ਲਾਸਟ ਵਾਰ? ਅਸੀਂ ਇਹਦੇ ਕੰਮ ਸੀ ਜਦੋਂ ਲੋਕਡਾਊਨ ਸੀ, ਲੋਕਡਾਊਨ ਤੋਂ ਪਹਿਲਾਂ ਤਾਂ ਗਏ। ਕਦੋਂ ਭੈਣੇ, ਕਦੋਂ ਕਦੋਂ ਬੰਦ ਪਿਆ ਗਾ ਮਤਲਬ ਤੁਹਾਡੇ? ਇਹ ਜੇ ਖੁੱਲ੍ਹਾ ਰਿਹਾ ਘੱਟੋ ਘੱਟ ਜਿੱਦਣ ਆਪਣਾ 3 ਮਾਰਚ ਹੈਗੀ ਸੀ, 29 ਮਾਰਚ, ਪਤਾ ਨਹੀਂ 3 ਮਾਰਚ। ਹਾਂਜੀ, ਲੋਕਡਾਊਨ ਉਦੋਂ, ਇਹ ਸਾਰਾ ਸਾਲ ਇੱਦਾਂ ਹੀ, 2021 ਵੀ ਇੱਦਾਂ ਹੀ ਰਿਹਾ ਅਤੇ 2020 ਵੀ ਇੱਦਾਂ ਹੀ ਚੱਲਿਆ। ਕੋਈ ਪਤਾ ਲੱਗੇ ਤੁਸੀਂ ਇੱਥੇ ਘੁੰਮਦੇ ਰਹਿੰਦੇ ਅੰਦਰ ਕੀ ਨਵਾਂ ਬਣਿਆ? ਅੰਦਰ ਅਸੀਂ ਗਏ ਨਹੀਂ, ਸਾਨੂੰ ਇੰਨਾ ਕੁਛ ਨਹੀਂ ਪਤਾ। ਨਹੀਂ, ਇੱਕ ਵਾਰ ਦੁਬਾਰਾ ਖੁੱਲ੍ਹ ਰਿਹਾ, ਉਹ ਕਿਵੇਂ ਲੱਗ ਰਿਹਾ? ਹਾਂਜੀ, ਬਹੁਤ ਵਧੀਆ ਲੱਗ ਰਿਹਾ, ਹਾਲੇ ਅੰਦਰ ਜਾ ਕੇ ਵੇਖਾਂਗੇ, ਉਸ ਤੋਂ ਵੀ ਵਧੀਆ ਲੱਗੇਗਾ। ਤੇ ਇੱਕ ਖਬਰ ਆ ਰਹੀ ਹੈ ਜਿਵੇਂ ਹੁਣ ਦੇਖ ਵੀ ਰਿਹਾ ਵੀ ਟਿਕਟ ਕਾਊਂਟਰ ਬਣੇ ਨੇ। ਹਾਂ, ਟਿਕਟ ਨਹੀਂ ਲਾਉਣੀ ਚਾਹੀਦੀ, ਅੱਗੇ ਵੀ ਇਹਨਾਂ ਦੇ ਫ੍ਰੀ ਚੱਲਦਾ ਸੀ ਤੇ ਹੁਣ ਵੀ ਇੱਦਾਂ ਹੀ ਫ੍ਰੀ ਹੋਣਾ ਚਾਹੀਦਾ ਸੀ ਸੰਗਤਾਂ ਨੂੰ। ਇੱਦਾਂ ਫਿਰ 50 ਰੁਪਏ ਅਗਲਾ, ਕੋਈ ਅਗਲੇ ਕੋਲ ਨਾ ਹੋਵੇ ਅਗਲੇ ਨੂੰ ਵੇਖਣ ਨੂੰ ਕਮ ਸੇ ਕਮ। ਹਾਂਜੀ ਹਾਂਜੀ, ਉੱਦਾਂ ਅੰਦਾਜ਼ੇ ਨਾਲ ਕਹਿੰਦੇ ਪਏ ਸੀ 50 ਰੁਪਏ ਜਾਂ 20 ਰੁਪਏ ਲੱਗਣਗੇ। ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿਤੇ ਨਾ ਕਿਤੇ ਖੁਸ਼ੀ ਵੀ ਆ ਅਤੇ ਇੱਕ ਵਿਰੋਧ ਵੀ ਆ ਟਿਕਟ ਦਾ। ਤੁਹਾਨੂੰ ਕੀ ਲੱਗਦਾ ਕਿ ਟਿਕਟ ਲੱਗਣੀ ਚਾਹੀਦੀ ਹੈ ਜਾਂ ਫਿਰ ਨਹੀਂ, ਉਹ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ। ਕੁਝ ਹੋਰ ਵੀ ਦੋਸਤ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਲੱਕੀ ਵੀਰ। ਜਲਿਆਂਵਾਲਾ ਬਾਗ ਪਿਛਲੇ ਕਿੰਨੇ ਸਮੇਂ ਤੋਂ ਮਤਲਬ ਬੰਦ ਪਿਆ, ਕੰਮ ਚੱਲ ਰਿਹਾ ਤੁਸੀਂ? ਇਹ ਕਮ ਸੇ ਕਮ 1.5-2 ਸਾਲ ਤੋਂ ਕੰਮ ਚੱਲ ਰਿਹਾ ਵਾ, ਲੋਕਡਾਊਨ ਦੇ ਵਿੱਚ ਵੀ ਲੱਗੇ ਰਹੇ ਸੀ, ਥੋੜ੍ਹਾ ਥੋੜ੍ਹਾ ਕੰਮ ਚੱਲ ਰਿਹਾ ਸੀ ਅੰਦਰ। ਤੁਸੀਂ ਆਉਂਦੇ ਜਾਂਦੇ ਰਹਿੰਦੇ, ਕੁਛ ਪਤਾ ਅੰਦਰ ਕੀ? ਨਹੀਂ, ਅੰਦਰ ਦਾ ਤਾਂ ਪਤਾ ਨਹੀਂ ਲੱਗਣ ਦਿੱਤਾ ਜੀ। ਅੰਦਰ ਤਾਂ ਵੈਸੇ ਇੱਥੇ ਕਾਫੀ ਉਹਨਾਂ ਨੇ ਲਾਈਆਂ, ਟੀਨਾ ਟੂਨਾ ਗੇਟ ਦੇ ਉੱਤੇ ਵੀ ਸਭ ਕੁਛ ਲਗਾਇਆ ਤਾ ਜੀ, ਅੰਦਰ ਦਾ ਕੁਛ ਨਹੀਂ ਨਜ਼ਰ। ਐਕਸਟਰਾ ਲੱਗ ਰਿਹਾ ਜਿਵੇਂ ਫੁੱਲ ਵਗੈਰਾ? ਹਾਂਜੀ, ਡੈਕੋਰੇਸ਼ਨ ਕੀਤੀ ਗਈ ਹੈ। ਹਾਂਜੀ, ਐਕਸਟਰਾ ਲੱਗ ਰਿਹਾ, ਸਾਨੂੰ ਖੁਸ਼ੀ ਆ। ਚਲੋ, ਜਲਿਆਂਵਾਲਾ ਬਾਗ ਖੁੱਲ੍ਹ ਰਿਹਾ, 2-3 ਸਾਲਾਂ ਤੋਂ ਬਾਅਦ ਖੁੱਲ੍ਹ ਰਿਹਾ ਜਾ ਕੇ, ਬਹੁਤ ਖੁਸ਼ੀ ਆ। ਬਟ ਟਿਕਟ ਨਹੀਂ ਲੱਗਣੀ ਚਾਹੀਦੀ, ਟਿਕਟ ਕੰਮ ਮਾੜਾ ਵਾ ਕਿਉਂਕਿ ਲੋਕਲ ਬੰਦਿਆਂ ਵਾਸਤੇ ਵੀ ਉਹਨਾਂ ਨੇ ਅੰਦਰ ਜਾਣਾ ਹੁੰਦਾ, ਬਜ਼ੁਰਗਾਂ ਨੇ ਜਾਣਾ ਹੁੰਦਾ ਸੀਗਾ, ਆਪਣਾ ਟਾਈਮ ਸਪੈਂਡ ਕਰਨ ਵਾਸਤੇ, ਸੈਰ ਸੂਰ ਕਰਨ ਵਾਸਤੇ ਜਾਂਦੇ ਸੀਗੇ, ਅਤੇ ਉਹ 10 ਰੁਪਏ ਖਰਚ ਕੇ ਉਹਦੇ ਟਿਕਟ ਲੈ ਕੇ ਫਿਰ ਹੀ ਅੰਦਰ ਜਾਣ ਕਰਨਗੇ, ਉਹ ਕੰਮ ਮਾੜਾ। ਟਿਕਟ ਚਲੋ ਹਜੇ ਕੋਈ ਫਾਈਨਲ ਨਹੀਂ ਹੋਇਆ ਵੀ ਉਹ ਜਿਹੜੇ ਕਾਊਂਟਰ ਬਣੇ ਹੋਏ ਨੇ ਜਿਨ੍ਹਾਂ ਤੋਂ ਲੱਗ ਰਿਹਾ ਕਿ ਸ਼ਾਇਦ ਟਿਕਟ ਲੱਗ ਸਕਦੀ ਆ, ਉਹ ਕਾਊਂਟਰ ਜੇ ਉਹਨੇ ਬਣਾ ਹੀ ਦਿੱਤਾ ਫਿਰ ਤਾਂ ਲੱਗੇਗੀ ਲੱਗੇਗੀ। ਹਾਂਜੀ, ਇਹ ਵੀ ਹੋ ਸਕਦਾ ਵੀ ਕਿਸੇ ਪ੍ਰਾਈਵੇਟ ਕੰਪਨੀ ਨੂੰ ਕੋਈ ਕੰਟਰੈਕਟ ਦੇ ਦੇਣ? ਹਾਂ, ਹੋ ਸਕਦਾ ਕਿਉਂਕਿ ਮੋਦੀ ਹਰ ਇੱਕ ਚੀਜ਼ਾਂ ਵੇਚੀ ਜਾਂਦਾ ਕਿ ਤੁਹਾਨੂੰ ਵੀ ਵੇਚ ਦੇਵੇ। ਅੱਛਾ ਜੀ।
हाँ जी। तो एक गल होर सामने आई है कि जो उद्घाटन किया जाना है कल शामी भी साड़ी टीम इत्थे सी, काफ़ी सिक्योरिटी लाम लश्कर देखा गया, BSF सी भी की, ठीक है जी, भी किवें लग रहा है? तो उत्थे भी खबर आ रही ने PM मोदी वालों उद्घाटन किया जाना, पर ऑनलाइन उद्घाटन किया जाना है, वह क्यों, मतलब कि आप आके क्यों नहीं कर रहे, कि करोना करके जां कोई होर कारण? करोना करके नहीं, किसानां करके, वह किसानां करके नहीं आंदे है, क्योंकि जे इत्थे आ गए तो फस जूगा किसानां दी, तुहानूं पता फिर उन्हां दा भी जिहड़ा चल रहा वा अंदोलन, उहदे करके वह ऑनलाइन ही करेगा। धन्यवाद जी। सो दोस्तों, तुसीं देखिया कि दर्शकां दे विच किते ना किते एक उत्साह भी है, क्योंकि पिछले तकरीबन 2-3 साल तो जो जलियांवाला बाग सी बंद पिया सीगा, अज लंबे समय बाद जलियांवाला बाग खुल रहा है, तो उत्थे ही किते ना किते एक निराशा भी, एक शिकायत भी कह सकते हैं कि जो टिकट दियां खबरां सामने आ रही ने, क्योंकि कैमरामैन साथी नूं कहूंगे एक बार फिर दिखा दो, सामने तुसीं देख सकते हो जिथे जलियांवाले बाग दा स्मारक लिखा हुआ, उहदे बिल्कुल नीचे जो 3 टिकट काउंटर बनाए गए ने, जिन्हां तों कि साफ तौर पर लग रहा है कि हो सकता है, हालांकि असीं इस गल की पुष्टि नहीं करते, हो सकता है कि इत्थे टिकट लगाई जाए, क्योंकि असीं लोकल जो इत्थे नेड़े तेड़े दे दुकानदार ने उन्हां नाल भी गलबात की है, उन्हां वल्लों भी यही सामने आया कि हो सकता है टिकट लगाई जाए। कुछ होर साथी ने उन्हां नाल भी गलबात करते हैं। सत श्री अकाल जी। हां जी भाजी, सत श्री अकाल। ਕੀ ਨਾਮ ਹੈ ਜੀ? ਹਰਪ੍ਰੀਤ ਸਿੰਘ। ਕਿਹੜੀ ਜਗ੍ਹਾ ਤੋਂ ਜੀ? ਜਲੰਧਰ ਸ਼ਹਿਰ। ਅਕਸਰ ਆਉਂਦੇ ਰਹਿੰਦੇ ਹੋ ਦਰਬਾਰ ਸਾਹਿਬ ਦਾ? ਹਾਂਜੀ ਹਾਂਜੀ ਆਉਂਦੇ ਸੀ। ਹਾਂ, ਜਲਿਆਂਵਾਲੇ ਬਾਗ ਵੀ ਜਾਂਦੇ? ਹਾਂਜੀ ਹਾਂਜੀ। ਲਾਸਟ ਟਾਈਮ ਕਿੰਨਾ ਸਮਾਂ ਪਹਿਲਾਂ ਗਏ ਸੀ ਜਲਿਆਂਵਾਲੇ ਬਾਗ? ਮੈਨੂੰ 1 ਸਾਲ ਕੋ ਹੋਇਆ। ਕਾਫੀ ਸਮੇਂ ਤੋਂ ਬੰਦ ਪਿਆ ਸੀਗਾ ਕਰੋਨਾ ਕਰਕੇ, ਵੀ ਵਿੱਚ ਕੁਝ ਨਵਾਂ ਵੀ ਬਣਿਆ, ਤੁਸੀਂ ਦੇਖ ਰਹੇ ਹੋਵੋਗੇ ਅੱਜ ਜੋ ਖਬਰਾਂ ਮੀਡੀਆ ਤੱਕ ਵੀ ਪਹੁੰਚੀਆਂ ਨੇ, ਅੱਜ ਉਦਘਾਟਨ ਕੀਤਾ ਜਾਣਾ, ਤਸਵੀਰਾਂ ਵੀ ਬੋਲ ਰਹੀਆਂ ਨੇ ਜੋ ਫੁੱਲ ਵਗੈਰਾ ਸਜਾਵਟ ਕੀਤੀ ਗਈ ਹੈ, ਸਿਕਿਉਰਿਟੀ ਲੱਗੀ ਹੈ, ਠੀਕ ਹੈ ਜੀ। ਹਾਂਜੀ, ਕਿਵੇਂ ਲੱਗ ਰਿਹਾ? ਵਧੀਆ, ਬਹੁਤ ਵਧੀਆ। ਅਤੇ ਕੁਝ ਹੋਰ ਖਬਰਾਂ ਅਸੀਂ ਬਾਕੀ ਵੀ ਹੁਣ ਗੱਲਬਾਤ ਕਰ ਰਹੇ ਸੀਗੇ, ਖਬਰਾਂ ਆਈਆਂ ਨੇ ਸਾਹਮਣੇ, ਜਿਵੇਂ ਸਾਹਮਣੇ ਟਿਕਟ ਕਾਊਂਟਰ ਵੀ ਬਣੇ ਨੇ, ਕੀ ਹੋ ਸਕਦਾ ਕਿ ਕੁਝ ਟਿਕਟ ਲਗਾਈ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਟਿਕਟ ਜਿਹੜੀ ਜਾਇਜ਼ ਬਿਲਕੁਲ ਘੱਟ ਤੋਂ ਘੱਟ ਨਾ, ਮਿਨੀਮਮ ਜਿਹੜੀ ਘੱਟ ਤੋਂ ਘੱਟ ਲਗਾਈ ਜਾਵੇ, ਮਤਲਬ ਸਮਰਥਨ ਕਰਦੇ ਹਾਂ ਜੇ ਟਿਕਟ ਲੱਗੇ। ਹਾਂ ਜੀ, ਲੋੜ ਹੈਗੀ ਤਾਂ ਜ਼ਰੂਰ, ਜੇ ਸੇਵਾ ਦੇ ਤੌਰ 'ਤੇ ਵੀ ਠੀਕ ਆ। ਹਾਂਜੀ, ਸੰਭਾਲ ਦੇ ਲਈ ਫੰਡ ਕੱਟ। ਹਾਂ ਬਿਲਕੁਲ, ਘੱਟ ਤੋਂ ਘੱਟ ਲਗਾਈ ਜਾਵੇ। ਧੰਨਵਾਦ ਜੀ। ਸੋ ਦੋਸਤੋ, ਤੁਸੀਂ ਦੇਖਿਆ ਅੱਜ ਇੱਕ ਉਤਸ਼ਾਹ ਹੈ, ਇੱਕ ਸ਼ਨੀਵਾਰ ਦੀ ਜੋ ਵੀਕਲੀ ਛੁੱਟੀ ਵੀ ਹੁੰਦੀ ਹੈ ਲੋਕਾਂ ਨੂੰ, ਉਹਦੇ ਕਰਕੇ ਵੀ ਅੱਜ ਕਾਫੀ ਜ਼ਿਆਦਾ ਸੰਗਤ ਆ ਰਹੀ ਹੈ, ਅਤੇ ਉੱਥੇ ਹੀ ਅੱਜ ਲੰਮੇ ਸਮੇਂ ਤੋਂ ਬੰਦ ਪਿਆ ਜੋ ਜਲਿਆਂਵਾਲਾ ਬਾਗ ਹੈ, ਜਿਸ ਨੂੰ ਦੇਖਣ ਦੇ ਲਈ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਦੂਰੋਂ ਦੁਰਾਡੇ ਤੋਂ ਬਾਹਰਲੇ ਮੁਲਕਾਂ ਤੋਂ ਸੰਗਤ ਆਉਂਦੀ ਹੈ, ਤਾਂ ਦਰਸ਼ਨ ਕਰਨ ਤੋਂ ਬਾਅਦ ਹਰ ਇੱਕ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਜਲਿਆਂਵਾਲਾ ਬਾਗ ਜੋ ਕਿ ਦੇਸ਼ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਇੱਕ ਅਹਿਮ ਅਸਥਾਨ ਹੈ, ਕਿ ਉਸਦੇ ਵੀ ਦਰਸ਼ਨ ਕੀਤੇ ਜਾਣ। ਪਰ ਉੱਥੇ ਹੀ ਦੋਸਤੋ, ਪਰ ਜੋ ਟਿਕਟ ਦੀਆਂ ਖਬਰਾਂ ਆ ਰਹੀਆਂ ਨੇ ਉਸਦਾ ਕਿਤੇ ਨਾ ਕਿਤੇ ਵਿਰੋਧ ਵੀ ਹੋ ਰਿਹਾ। ਕੁਝ ਹੋਰ ਵੀ ਸਾਥੀ ਨੇ ਇੱਥੇ ਗੱਲਬਾਤ ਕਰਨੀ ਚਾਹਾਂਗੇ। ਕਿਆ ਨਾਮ ਹੈ ਜੀ? ਨਾਮ ਕਿਆ? ਓਮਕਾਰ। ਕਹਾਂ ਸੇ ਆਏ ਹੋ? ਇੰਦੌਰ ਸੇ। ਇੰਦੌਰ ਸੇ ਪਹਿਲੀ ਵਾਰ ਆਏ ਹੋ ਦਰਬਾਰ ਸਾਹਿਬ? ਹਾਂ, ਪਹਿਲੀ ਵਾਰ ਆਇਆ। ਜਲਿਆਂਵਾਲੇ ਬਾਗ ਗਏ ਹੋ ਪਹਿਲੇ? ਨਹੀਂ ਗਏ। ਪਿਛਲੇ 2-3 ਸਾਲ ਸੇ ਬੰਦ ਪੜਾ ਤਾਂ ਕੰਮ ਚੱਲ ਰਿਹਾ ਤਾਂ ਅੱਜ ਖੁੱਲ੍ਹ ਰਿਹਾ, ਕਿਆ ਕਹਿਣਾ ਚਾਹੋਗੇ ਇਸਦੇ ਬਾਰੇ ਮੈਂ? ਅੱਛੀ ਬਾਤ। और वही उद्घाटन हो रहा है एक, मतलब पहले यहाँ पे एंट्री फ्री होती थी, आज खबर आ रही है कि शायद इस पे टिकट लगाई जाएगी क्योंकि टिकट काउंटर लग रहे हैं, उसके बारे में कुछ बोलना चाहोगे? नो कमेंट्स, थैंक यू। सो दोस्तों, तुसीं देख ही लिया कि दर्शकों के विच उत्साह भी है, उत्थे किते ना किते मिलिया जुलिया प्रतिक्रम सामने आ रहा है, कुछ क परसेंट का कहना है कि टिकट लगनी भी चाहिए है, कि जो जायज़ है 19 टिकट लगे, उत्थे ज़्यादातर का यही कहना है कि टिकट ना ही लगे तो वधिया, क्योंकि ज़्यादातर इत्थे जो लोकल लोग ने सैर भी करते हैं तो दर्शन करने के लिए भी आते हैं। सो दोस्तों, इस दे नाल ही अज दे अपडेट विच फिलहाल इन्ना ही, जिवें ही उद्घाटन होंदा है वह भी वीडियो तुहाडे लई उस समय लैके हाजिर होवांगे अलिमिटेड ज्ञान ते, इसलिए तुसीं लगातार चैनल दे नाल बने रहना, ते जिहड़े दोस्त नवें ने ते जिन्हां ने हाले तक अपना चैनल सबसक्राइब नहीं किया होया, हर एक ताज़ा खबर सब तो पहलां देखण दे लई हुणे वीडियो दे थले देख रहे रैड कलर दे सबसक्राइब बटन तो चैनल नूं सबसक्राइब भी कर लेना, ते नोटिफिकेशन बैल ते टच करके ऑल ते सिलेक्ट करना ना भुलना, ताकि हर एक नवीं वीडियो तुहाडे तक पहुँचे सब तो पहला। सो दोस्तों, हुण फिलहाल इत्थे मैनूं जाण के कुलविंदर सिंह नूं दिओ इजाजत, मिलांगे जल्द। थैंक यू, धन्नवाद, टेक केयर।